ਇੱਕ ਮੈਂ ਦੇਖ ਰਿਹਾ ਸੀ ਵੀ ਕਈ ਬੋਰਡ ਲੱਗੇ ਆ, ਮੈਨੂੰ ਇੰਨਾ ਅਫਸੋਸ ਹੋਇਆ ਦੇਖ ਕੇ, ਕਿਉਂਕਿ ਕਾਂਗਰਸ ਪਾਰਟੀ ਦੇ ਵਰਕਰ ਨੇ ਜਿਹੜੇ ਉਹ ਮੈਨੂੰ ਹੁਣੇ ਸ਼ਹੀਦ ਆਜ਼ਮ ਸੁਖਦੇਵ ਸਿੰਘ ਸੁਖਦੇਵ ਥਾਪਰ ਜੀ ਦੇ ਉਹਨਾਂ ਦੇ ਅੱਜ ਜਨਮ ਦਿਨ ਆ, ਉੱਥੇ ਮਿਲੇ ਸ਼ਹੀਦ ਆਜ਼ਮ ਸੁਖਦੇਵ ਥਾਪਰ ਜੀ ਦੇ, ਜਦੋਂ ਅਸੀਂ ਉੱਥੇ ਘਰ 'ਚ ਉਹਨਾਂ ਦੇ ਸਥਾਨ 'ਤੇ ਪਹੁੰਚੇ ਤਾਂ ਬੜੇ ਕਾਂਗਰਸ ਪਾਰਟੀ ਦੇ ਵੀ ਉੱਥੇ ਵਰਕਰ ਨੇ ਜਿਹੜੇ ਉਹ ਮੌਜੂਦ ਸੀ, ਅਤੇ ਇੰਨੇ ਨਮੋਸ਼ ਨਹੀਂ ਮੈਂ ਕਦੇ ਦੇਖੇ। ਕਿਉਂਕਿ ਇੱਕ ਤਾਂ ਗੱਲ ਟੋਟਲ ਜਿਹੜੇ ਸਾਡੇ ਫਲੈਕਸਾਂ ਬੋਰਡਾਂ 'ਚ ਉਹ ਕਹਿੰਦੇ ਜੀ ਪਹਿਲਾਂ ਤਾਂ ਕੈਂਡੀਡੇਟ ਬਾਹਰੋਂ ਆ ਗਏ, ਸਾਡੇ ਨਾਲ ਉਹ ਗਦਾਰੀ ਕੀਤੀ, ਕਿਸੇ ਇੱਕ ਵੀ ਜਿਹੜਾ ਸਾਡੇ ਐਕਸ ਐਮ ਐਲ ਏ ਇੰਚਾਰਜ ਰਹੇ ਨੇ ਉਹਨਾਂ ਤੋਂ ਬਗੈਰ ਆਪਣੇ ਆਪ ਹੀ ਟਿਕਟ ਆ ਜਿਹੜੀ ਉਹ ਦੇ ਲਈ ਪ੍ਰਧਾਨ ਜੀ ਨੇ। ਚਲੋ ਉਹ ਵੀ ਕੋਈ ਗੱਲ ਨਹੀਂ, ਹੁਣ ਜਦੋਂ ਨੋਮੀਨੇਸ਼ਨ ਕਰਨ ਗਏ ਕਾਗਜ਼ ਭਰਨ ਗਏ ਤਾਂ ਉਹ 'ਚ ਵੀ ਕਿਸੇ ਵੀ ਸਾਡੇ ਲੁਧਿਆਣੇ ਦੇ ਇੱਕ ਵੀ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਉਹਨਾਂ ਨੂੰ ਨਾਲ ਨਹੀਂ ਲੈ ਗਏ। ਇਹ ਪਹਿਲੀ ਵਾਰ ਹੋਇਆ ਵੀ ਨੋਮੀਨੇਸ਼ਨ ਨੇ ਜਿਹੜੇ ਉਹ ਬਾਹਰਲੇ ਲੋਕ ਜਿਹੜੇ ਤਿੰਨ ਚਾਰ ਲੈ ਕੇ ਆਏ ਉਹ ਬਾਹਰਲੇ ਲੋਕ ਸੀ, ਲੁਧਿਆਣੇ ਦੀ ਨਹੀਂ ਸੀ। ਹੁਣ ਮੈਂ ਦੇਖ ਰਿਹਾ ਸੀ ਬੜੇ ਵੱਡੇ ਵੱਡੇ ਉਹਨਾਂ ਨੇ ਆਪਣੇ ਬੋਰਡ ਲਾਏ ਨੇ ਲੁਧਿਆਣੇ ਸ਼ਹਿਰ 'ਚ ਜਾਂ ਬਾਹਰ, ਚੰਗੀ ਗੱਲ ਆ, ਲਾਉਣੇ ਚਾਹੀਦੇ ਆ, ਪਰ ਉਹਦੇ ਵਿੱਚ ਇੱਕ ਵੀ ਪਿਕਚਰ ਇੱਕ ਵੀ ਫੋਟੋ ਨਾ ਕਿਤੇ ਡਾਵਰ ਸਾਹਿਬ ਦੀ ਦਿਖ ਰਹੀ ਆ, ਜਿਹੜੇ ਬੜਾ ਤਨਦੇਹੀ ਨਾ ਇਹਨਾਂ ਦੇ ਖਾਤਰ ਮਿਹਨਤ ਕੀਤਾ ਉਹਨਾਂ ਨੇ ਰੋਡ ਸ਼ੋਅ 'ਚ, ਨਾ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਜੀ ਦੀ ਕਿਤੇ ਆ, ਨਾ ਕਿਤੇ ਸਾਡੇ ਆਸ਼ੂ ਜੀ ਜਿਹੜੇ ਮੰਤਰੀ ਰਹੇ ਉਰੇ ਉਹਨਾਂ ਦੀ ਆ, ਪਾਂਡੇ ਦੀ ਜੀ ਦਾ ਸਤਿਕਾਰਯੋਗ ਜਿਹੜੇ ਨੇ ਉਹਨਾਂ ਦੀ ਤਾਂ ਲਾਉਣੀ ਕਿੱਥੋਂ ਆ, ਉਹਨਾਂ ਦੀ ਲਾਉਣੀ ਕਿਉਂ ਨਹੀਂ, ਕਿਉਂਕਿ ਜਿਹੜੇ ਜੁਆਇਨ ਕੀਤੇ ਨੇ ਬੈਂਸ ਬ੍ਰਦਰਸ, ਕਿਉਂਕਿ ਮੇਰੀ ਤਾਂ ਜਿਹੜੀ ਇਲੈਕਸ਼ਨ ਹਮੇਸ਼ਾ ਹੈ ਉਹ ਬੈਂਸ ਬ੍ਰਦਰਸ ਨਾਲ ਹੀ ਮੈਂ ਲੜੀ ਆ, ਉਹਨਾਂ ਨਾਲ ਹੀ ਮੇਰੀ ਇਲੈਕਸ਼ਨ ਹਮੇਸ਼ਾ ਹੁੰਦੀ ਸੀ, ਅਤੇ ਜਿਨ੍ਹਾਂ ਨੂੰ ਦਿੱਲੀਓਂ ਬਲਿੰਕ ਸਾਹਿਬ ਨੇ ਜੁਆਇਨ ਕਰਵਾਇਆ, ਅਤੇ ਨਾਲ ਜਿਹੜੇ ਤੀਜੇ ਜੁਆਇਨ ਕੀਤੇ ਉਹ ਸਿਵੀਆ ਸਾਹਿਬ, ਉਹਨਾਂ ਨੂੰ ਵੀ ਇਹ ਕਿਹਾ ਵੀ ਨੌਰਥ, ਕਿਉਂਕਿ ਕਾਂਗਰਸ ਹੀ ਚਾਹੇ ਉਹ ਆਤਮਨਗਰ ਹੋਵੇ ਚਾਹੇ ਸਾਊਥ ਹੋਵੇ ਉੱਥੇ ਉਹਦੀਆਂ ਟਿਕਟਾਂ, ਅਤੇ ਸਿਵੀਆ ਜੀ ਨੌਰਥ ਦੀ ਟਿਕਟ ਆ ਜਿਹੜੀ ਉਹ ਉੱਥੋਂ ਯੈਸ ਕਰਵਾ ਕੇ ਆਏ ਨੇ। ਇਸ ਕਰਕੇ ਕਿਸੇ ਵੀ ਇਹ ਸਾਫ ਤੌਰ 'ਤੇ ਦੱਸਿਆ ਜਾ ਰਿਹਾ ਭਾਈ, ਨਾ ਕੋਈ ਵੈਦ ਸਾਹਿਬ ਨਾ ਕਿਸੇ ਹੋਰ 6 ਹਲਕਿਆਂ ਦੇ ਜਿਹੜੇ ਨੇ ਉਹਨਾਂ ਦੀਆਂ ਟਿਕਟਾਂ ਜਿਹੜੀਆਂ ਉਹ ਡਿਸਾਈਡ ਹੋ ਗਈਆਂ, ਉਹਨਾਂ ਦੀ ਕਿਸੇ ਦੀ ਫੋਟੋ ਆ ਜਿਹੜੀ ਉਹ ਕਿਤੇ ਨਹੀਂ ਗਈ, ਅਤੇ ਵਰਕਰ ਆ ਜਿਹੜਾ ਉਹ ਜੁੜਿਆ ਹੁੰਦਾ ਥੱਲੇ, ਅੱਜ ਉਹ ਦੇਖ ਰਿਹਾ ਵੀ ਇਹ ਬਣਿਆ ਕੀ, ਸਾਡੇ ਨਾਲ ਹੋਇਆ ਕੀ,
ਤੇ ਮੈਂ ਹੁਣੀ ਦੇਖ ਰਿਹਾ ਸੀ ਵੀ ਕਿੱਥੋਂ ਇੱਕ ਬੋਰਡ ਲੱਗਿਆ ਹੋਇਆ ਟੈਲੀਫੋਨ ਬਾਰੇ। ਉਹ ਜਦੋਂ ਬੋਰਡ ਲੱਗਿਆ ਤੇ ਉਹਨੂੰ ਮੈਂ ਦੇਖਿਆ, ਮੈਂ ਉਹਨੂੰ ਇਹ ਪੁੱਛਣਾ ਚਾਹੁੰਦਾ ਇਹ ਬੋਰਡ ਬਣਾਉਣ ਵਾਲਿਆਂ ਨੂੰ ਵੀ ਇੱਥੇ ਜ਼ਰੂਰ ਇਹ ਵੀ ਲਿਖੋ ਵੀ ਤੁਸੀਂ ਟੈਲੀਫੋਨ ਆ ਜਿਹੜਾ ਉਹ 'ਤੇ ਹੀ ਮਿਲੋਗੇ। ਟੈਲੀਫੋਨ ਤਾਂ ਹੀ ਤੁਸੀਂ ਲਿਖਿਆ ਵੀ ਟੈਲੀਫੋਨ ਚੱਕਾਂਗੇ, ਇਹਦਾ ਮਤਲਬ ਤੁਸੀਂ ਗਿੱਦੜਵਾਹੀ ਹੀ ਰਹੋਗੇ। ਲੁਧਿਆਣੇ ਤਾਂ ਆਪਾਂ ਰਹਿਣਾ ਨਹੀਂ ਕਿਉਂਕਿ MLA ਗਿੱਦੜਵਾਹੇ ਦੇ ਹੋ। ਜਾਂ ਤੁਸੀਂ ਇਹ ਕਲੀਅਰ ਦੱਸੋ, ਲੋਕਾਂ ਨੂੰ ਕਲੀਅਰ ਕਰੋ ਵੀ ਤੁਸੀਂ ਜੇ ਸੀਰੀਅਸ ਹੋ ਲੁਧਿਆਣੇ ਦੇ ਮਸਲੇ 'ਚ, ਤੁਸੀਂ ਵਾਕਈ ਉਰੇ MP ਇਲੈਕਸ਼ਨ ਲੜ ਰਹੇ ਹੋ ਅਤੇ ਇਹਨਾਂ ਦੇ ਮੁੱਦੇ ਤੁਸੀਂ ਸੱਚੀ ਚੱਕਣਾ ਚਾਹੁੰਦੇ ਹੋ, ਤਾਂ ਫਿਰ MLA ਕਿਉਂ ਰੱਖੀ ਹੋਈ ਆ ਗਿੱਦੜਵਾਹੇ ਦੀ? ਕਿਉਂਕਿ ਅਸਲੀ ਤੁਸੀਂ ਜਿਵੇਂ ਕਿਹਾ ਤੁਹਾਡੇ ਦਿਲ 'ਚ ਵੱਸਦਾ, ਤੁਸੀਂ ਰਹਿਣਾ ਉੱਥੇ ਹੀ ਆ ਜਾ ਕੇ। ਟੈਲੀਫੋਨ ਨੰਬਰ ਉਹ ਤੁਸੀਂ ਜਿਵੇਂ ਬਠਿੰਡਿਓਂ ਬਦਲਿਆ ਸੀ ਉਸ ਵੇਲੇ ਮੰਗੋ ਟੈਲੀਫੋਨ ਨੰਬਰ ਆ ਜਿਹੜਾ ਉਰੇ ਦੇ ਵੀ ਬਦਲ ਲਉਂਗੇ। ਜਿਵੇਂ ਉੱਥੇ ਚੁੰਨੀਆਂ ਬਟਾਈਆਂ ਸੀ ਇੱਥੇ ਵੀ ਚੁੰਨੀਆਂ ਬਟਾ ਕੇ ਚਲੇ ਜਾਓਗੇ। ਅੱਜ ਬਠਿੰਡੇ ਤੁਸੀਂ ਪਿਛਲੀ ਇਲੈਕਸ਼ਨ ਲੜੀ, ਅੱਜ ਕਿਉਂ ਨਹੀਂ ਲੜੀ ਬਠਿੰਡੇ? ਅਤੇ ਤੁਸੀਂ ਪਹਿਲਾਂ ਇਹ ਦੱਸ ਦਿਓ, ਕਲੀਅਰ ਕਰ ਦਿਓ ਵੀ ਤੁਸੀਂ ਗਿੱਦੜਵਾਹੇ ਤੋਂ ਟੈਲੀਫੋਨ ਚੱਕਿਆ ਕਰੋਗੇ ਜਾਂ ਲੁਧਿਆਣੇ, ਕਿਉਂਕਿ ਤੁਸੀਂ MLA ਉੱਥੇ ਦੇ ਹੋ, ਉੱਥੇ ਦੇ ਲੋਕਾਂ ਨੂੰ ਵੀ ਧੋਖਾ ਦੇ ਰਹੇ ਹੋ, ਉਰੇ ਦੇ ਲੋਕਾਂ ਨੂੰ ਵੀ ਧੋਖਾ ਦੇ ਰਹੇ ਹੋ। ਲੋਕ ਬੜੇ ਸਿਆਣੇ ਆ, ਸਮਝਦੇ ਆ। ਜੇ ਤੁਹਾਨੂੰ ਮਨ ਰੱਤੀ ਭਰ ਵੀ ਲੁਧਿਆਣੇ ਵਾਲਿਆਂ ਨਾਲ ਪਿਆਰ ਹੁੰਦਾ ਤਾਂ ਤੁਸੀਂ ਲੁਧਿਆਣੇ ਦੇ ਲੋਕਾਂ ਨੂੰ, ਲੀਡਰਾਂ ਨੂੰ ਨੋਮੀਨੇਸ਼ਨ 'ਚ ਲੈ ਕੇ ਜਾਂਦੇ ਅਤੇ ਉਸ ਤੋਂ ਬਾਅਦ ਉਹਨਾਂ ਦੀਆਂ ਕਿਤੇ ਤਸਵੀਰਾਂ ਨਹੀਂ ਲਾਈਆਂ। ਕਿਉਂਕਿ ਮੈਂ ਤਾਂ ਹਮੇਸ਼ਾ ਸਮਝਦਾ ਵੀ ਮੈਂ ਇਲੈਕਸ਼ਨ ਆ ਜਿਹੜੀ ਉਹ ਬੈਂਸਾਂ ਨਾਲ ਲੜਨਾ, ਤੁਸੀਂ ਉਵੇਂ ਹੀ, ਤੁਹਾਡਾ ਤਾਂ ਕੋਈ ਇੱਥੇ ਵਜੂਦ ਜਾਂ ਹੈ ਨਹੀਂ, ਇਸੇ ਕਰਕੇ ਤੁਸੀਂ ਬੈਂਸ ਲੈ ਕੇ ਆਉਂਦੇ। ਹੁਣ ਦੇਖਣਾ ਇਹ ਹੋਊਗਾ ਬਈ ਲੋਕ, ਕਿਉਂਕਿ ਹੁਣ ਮੁਕਾਬਲਾ ਜਿਹੜਾ ਉਹ ਤੁਹਾਡੇ ਨਾਲ ਤਾਂ ਰਿਹਾ ਨਹੀਂ, ਉਹ ਮੁਕਾਬਲਾ ਹੈ ਜਿਹੜਾ ਤੁਸੀਂ ਮੈਨੂੰ ਲੱਗਦਾ ਬੈਂਸ ਮੂਹਰੇ ਕਰਤੇ, ਸਾਰੀ ਕਾਂਗਰਸ ਪਿੱਛੇ ਕਰਕੇ। ਅਤੇ ਹੁਣ ਇਹ ਵੀ ਪਤਾ ਲੱਗ ਜਾਊਗਾ ਵੀ ਲੋਕ ਉਹਨਾਂ ਬਾਰੇ ਕੀ ਸਮਝਦੇ ਆ, ਕੀ ਉਹਨਾਂ ਦਾ ਚਿਹਰਾ ਮੋਹਰਾ ਹੈ। ਉਹ ਕਹਿੰਦੇ ਆ ਮੇਰੇ ਕੋਲ ਕੋਈ ਰਿਕਾਰਡਿੰਗਾਂ ਨੇ, ਅਤੇ ਰਿਕਾਰਡਿੰਗਾਂ ਦੇ ਕਿਹੜੀ ਕਿਹੜੀ ਗੱਲ, ਜਿੰਨੀਆਂ ਮਰਜ਼ੀ ਰਿਕਾਰਡਿੰਗਾਂ ਬਣਾ ਲਓ, ਅੱਜ ਕੱਲ੍ਹ ਤਾਂ ਜ਼ਮਾਨਾ ਐਸਾ ਹੈ ਜਿੰਨੀਆਂ ਮਰਜ਼ੀ ਰਿਕਾਰਡਿੰਗਾਂ ਬਣਾਈ ਜਾਓ ਇੱਕ ਦੂਜੇ ਦੇ ਉਲਟ। ਅਤੇ ਆਪਾਂ ਤਾਂ ਇਸ ਗੱਲ 'ਚ ਮਸ਼ਹੂਰ ਹਾਂ, ਇਹੀ ਕੁਛ ਕੀਤਾ ਹੈ। ਅਤੇ ਤੁਸੀਂ ਰਿਕਾਰਡਿੰਗਾਂ ਬਣਾ ਲਓ, ਜੋ ਮਰਜ਼ੀ ਬਣਾ ਲਓ, ਤੁਹਾਨੂੰ ਜੀ ਆਇਆ ਵੈਲਕਮ। ਇਸ ਕਰਕੇ ਇਸ ਗੱਲ ਦੀ ਜਮਾਂ ਕੋਈ ਪਰਵਾਹ ਨਹੀਂ। ਦੂਜੀ ਮੈਂ ਇਹ ਕਹਿਣਾ ਚਾਹੁੰਦਾ, ਭਗਵੰਤ ਮਾਨ ਸਾਹਿਬ ਜਿਹੜੇ ਸਾਡੇ ਚੀਫ ਮਿਨਿਸਟਰ ਨੇ, ਇੱਥੇ ਹੀ ਸੁੱਤੇ ਰਹਿੰਦੇ ਆ, ਇੱਕ 5-star ਹੋਟਲ ਆ, ਉਹ ਹਰ ਦੂਜੀ ਰਾਤ ਆ ਜਿਹੜੀ ਉੱਥੇ ਕੱਟਦੇ ਆ, ਕਿਵੇਂ ਤੁਹਾਨੂੰ ਕੋਈ ਸੀਰੀਅਸ ਲਵੇ, ਕਿਵੇਂ ਤੁਹਾਨੂੰ ਕੋਈ ਚੰਗਾ ਸਮਝੇ? ਤੁਸੀਂ ਪੰਜਾਬ ਦਾ ਕਰ ਕੀ ਸਕਦੇ ਹੋ ਮੈਨੂੰ ਇਹ ਦੱਸੋ? ਤੁਸੀਂ ਆਪਣੇ ਬਾਕੀ ਚੁਟਕਲੇ ਨਾ ਦੱਸ ਕਰਿਆ ਕਰੋ, ਕਿਉਂਕਿ ਲੋਕ ਕੋਈ ਤਾੜੀ ਵੀ ਨਹੀਂ ਮਾਰ ਰਿਹਾ। ਮੈਂ ਸੁਣ ਰਿਹਾ ਸੀ ਜਿੱਥੇ ਤੁਸੀਂ ਮੁੱਲਾਂ ਪਰ ਬੋਲ ਰਹੇ ਸੀ, ਤੁਸੀਂ ਪੰਜਾਬ ਦਾ ਕੀ ਕਰੋਗੇ? ਤੁਸੀਂ ਉਦੋਂ ਇਹ ਕਿਹਾ ਸੀ, ਮੈਂ ਇਹ ਬੜੇ ਇਹਨੂੰ ਬੜੇ ਗੰਭੀਰਤਾ ਨਾਲ ਲੋਕਾਂ ਮੂਹਰੇ ਰੱਖਣਾ ਚਾਹੁੰਦਾ, ਤੁਸੀਂ ਕਿਹਾ ਸੀ ਮੈਂ ਆਪਣਾ ਪਰਿਵਾਰ ਨਹੀਂ, ਮੈਨੂੰ ਮੇਰੇ ਪਰਿਵਾਰ ਦੀ ਲੋੜ ਨਹੀਂ, ਕਿਉਂਕਿ ਮੈਂ ਪੰਜਾਬ ਦੇ ਲਈ ਆਪਣਾ ਪਰਿਵਾਰ ਛੱਡਤਾ।
ਮੇਰਾ ਪਰਿਵਾਰ ਤਾਂ ਪੰਜਾਬ ਆ, ਉਹ ਵੋਟਾਂ ਲੈਣ ਖਾਤਰ ਤੁਸੀਂ ਪੰਜਾਬ ਛੱਡਿਆ ਨਾ, ਲੋ ਵੋਟਾਂ ਲੈਣ ਖਾਤਰ ਤੁਸੀਂ ਪਰਿਵਾਰ ਛੱਡਿਆ, ਉਹ ਤਾਂ ਸਾਰੀਆਂ ਗੱਲਾਂ ਤੁਹਾਡੀ ਬੇਟੀ ਨੇ, ਸਾਡੀ ਛੋਟੀ ਬੱਚੀ ਆ, ਭੈਣ ਆ ਸਾਡੀ ਛੋਟੀ, ਕੀ ਕੁਛ ਉਹਨੇ ਨਹੀਂ ਕਿਹਾ ਤੁਹਾਡੇ ਬਾਰੇ। ਅਤੇ ਤੁਸੀਂ ਜਦੋਂ ਤੁਹਾਨੂੰ ਜਦੋਂ ਤੁਹਾਡਾ ਤੁਸੀਂ ਲੋਕਾਂ ਨੇ ਮੂਹਰੇ ਪੰਜਾਬ ਨੂੰ ਆਪਣਾ ਪਰਿਵਾਰ ਬਣਾਇਆ, ਇਲੈਕਸ਼ਨਾਂ 'ਚ ਵੋਟਾਂ ਲਈਆਂ, ਵੋਟਾਂ ਲੈ ਕੇ ਹੁਣ ਕਿੱਥੇ ਆ ਤੁਹਾਡਾ ਪਰਿਵਾਰ ਜੀ ਪੰਜਾਬ? ਹੁਣ ਤੁਸੀਂ ਨਵਾਂ ਆਪਣਾ ਘਰ ਵਸਾ ਲਿਆ, ਚੰਗੀ ਗੱਲ ਆ ਵਸਾ ਲਿਆ, ਪਰ ਹੁਣ ਦੱਸੋ ਪੰਜਾਬ, ਤੁਸੀਂ ਤਾਂ ਕਿਹਾ ਸੀ ਮੇਰਾ ਪੰਜਾਬ ਹੈ ਇਸ ਲਈ ਮੈਂ ਇੱਕ ਪਰਿਵਾਰ ਛੱਡਿਆ, ਅਤੇ ਹੁਣ ਦੂਜਾ ਪਰਿਵਾਰ ਕਿਉਂ ਵਸਾਇਆ ਜੀ ਫਿਰ? ਹੁਣ ਤੁਹਾਨੂੰ ਪੰਜਾਬ ਨਾਲ ਪਿਆਰ ਨਹੀਂ ਰਿਹਾ? ਸਿਰਫ ਚੀਫ ਮਿਨਿਸਟਰ ਬਣਨ ਤੱਕ ਤੁਹਾਡਾ ਪੰਜਾਬ ਸੀ। ਇਸ ਕਰਕੇ ਕਿਉਂ ਝੂਠ ਬੋਲਦੇ ਹੁੰਦੇ ਹੋ, ਕਿਉਂ ਲੋਕਾਂ ਦੇ ਸੈਂਟੀਮੈਂਟਾਂ ਨਾਲ ਖੇਡਦੇ ਹੋ? ਤੁਸੀਂ ਇਹ ਮਖੌਲ ਕਰਦੇ ਹੋ, ਟਿੱਚਰਾਂ ਉਡਾਉਂਦੇ ਹੋ, ਕੋਈ ਅਸੀਂ ਸ਼ਹੀਦ ਪਰਿਵਾਰ ਦੇ ਲੋਕ ਹਾਂ, ਸਾਡੇ ਨਾਲ ਰੱਬ ਖੜ੍ਹਾ ਹੈ, ਲੋਕ ਖੜ੍ਹੇ ਆ, ਅਸੀਂ ਆਪਣਾ ਕਤਰਾ ਕਤਰਾ ਜਿਹੜਾ ਖੂਨ ਦਾ ਉਹ ਇਸ ਪੰਜਾਬ ਲਈ ਵਹਾਇਆ ਹੈ, ਅਤੇ ਤਾਂ ਅੱਜ ਤੁਹਾਡੇ ਵਰਗੇ ਜਿਹੜੇ ਅੱਧੀ ਹੋਸ਼ 'ਚ ਰਹਿੰਦੇ, ਅੱਧਾ ਹੋਸ਼ ਹੀ ਨਹੀਂ ਹੁੰਦੀ, ਤਾਂ ਅੱਜ ਤੁਸੀਂ ਚੀਫ ਮਿਨਿਸਟਰੀਆਂ ਮਾਣ ਰਹੇ ਹੋ, ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ। ਅਤੇ ਇਸ ਕਰਕੇ ਅਗਲੀਆਂ ਗੱਲਾਂ ਮੈਂ ਫਿਰ ਤੁਹਾਡੇ ਨਾਲ ਕਰੂੰਗਾ। ਬੜਾ ਕੁਛ ਆ, ਬੜਾ ਕੁਛ ਆ ਤੁਹਾਡੇ ਬਾਰੇ ਮੁੱਖ ਮੰਤਰੀ ਸਾਹਿਬ, ਬੜਾ ਕੁਛ ਆ ਜਿਹੜਾ ਕਿ ਮੈਂ ਤੁਹਾਨੂੰ ਦੱਸ ਵੀ ਦਊਂਗਾ ਵੀ ਕੀ ਕੁਛ ਆ। ਇਸ ਕਰਕੇ ਬੇਸ਼ੱਕ ਤੁਸੀਂ ਮੁੱਖ ਮੰਤਰੀ ਹੋ, ਮੈਂ ਤੁਹਾਡੇ ਵਰਗੇ ਮੁੱਖ ਮੰਤਰੀਆਂ ਦੀ ਬਿਲਕੁਲ ਪਰਵਾਹ ਨਹੀਂ ਕਰਦਾ। ਇੱਥੇ ਤੁਹਾਡੇ ਵਰਗੇ ਬਹੁਤ ਮੁੱਖ ਮੰਤਰੀ ਆਏ, ਬਹੁਤ ਮੁੱਖ ਮੰਤਰੀ ਚਲੇ ਗਏ, ਅਤੇ 4 ਤਰੀਕ ਤੋਂ ਬਾਅਦ, ਕਿਉਂਕਿ ਹਜੇ ਇਲੈਕਸ਼ਨਾਂ ਚੱਲ ਰਹੀਆਂ, 4 ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤੁਹਾਨੂੰ ਟੱਕਰੂੰਗਾ, ਜਿਵੇਂ ਮਰਜ਼ੀ, ਜਿੱਦਣ ਮਰਜ਼ੀ, ਜਿਵੇਂ ਮਰਜ਼ੀ ਦੇਖ ਲਿਓ, ਚਾਹੇ ਆਪਣੀ ਬਿਜਨਸ ਲਾ ਲਿਓ, ਚਾਹੇ ਆਪਣੀ ਪੁਲਿਸ ਲਾ ਲਿਓ, ਜਿੱਦਣ 4 ਤਰੀਕ ਰਿਜ਼ਲਟ ਨਿਕਲਿਆ ਆ, ਉਦੋਂ ਬਾਅਦ ਤੁਹਾਡੇ ਘਰੇ ਆ ਕੇ ਤੁਹਾਨੂੰ ਟੱਕਰੂੰਗਾ, ਬਾਹਰ ਨਹੀਂ ਕਿਤੇ, ਤੁਹਾਡੇ ਘਰੇ, ਉਸ ਘਰ 'ਚ ਜਿੱਥੇ ਤੁਸੀਂ ਅੰਦਰ ਜਿੱਥੇ ਕਹਿੰਦੇ ਸੀ ਮੈਂ ਇੱਕ ਛੋਟਾ ਜਿਹਾ ਘਰ 'ਚ ਲੈ ਲਊਂ, ਅੱਜ 4 ਕੋਠੀਆਂ ਆ ਆਲੇ ਦੁਆਲੇ, ਉੱਥੇ ਰੋਜ਼ ਆ ਕੇ ਤੁਹਾਨੂੰ ਨੰਗਾ ਕਰਿਆ ਕਰੂੰ, ਰੋਜ਼ ਉਸ ਤੁਹਾਡੇ ਸੀਐਮ ਹਾਊਸ 'ਚ, ਬਾਹਰ ਨਿਕਲਣਾ ਔਖਾ ਕਰ ਦੂੰ ਤੁਹਾਡਾ ਮੈਂ। ਯਾਦ ਰੱਖਿਓ, ਆ ਮੈਂ ਜਿਹੜਾ ਲਾਈਵ ਕਰ ਰਿਹਾ, ਇਹ ਮੈਂ ਸਿੱਧਾ ਤੁਹਾਡੇ ਸੰਬੋਧਨ ਕਰ ਰਿਹਾ, ਤੁਹਾਨੂੰ ਧਮਕੀ ਨਾ ਸਮਝਿਓ ਇਹਨੂੰ। ਤੁਸੀਂ ਸ਼ਹੀਦ ਦੇ ਪੋਤੇ ਨਾਲ, ਸ਼ਹੀਦ ਦੇ ਪਰਿਵਾਰ ਨਾਲ ਤੁਸੀਂ ਇਹ ਖਿਲਵਾੜ ਕੀਤਾ ਹੈ। ਤੁਸੀਂ ਤਾਂ ਐਂ ਗੱਲਾਂ ਕਰਦੇ ਹੋ ਜਿਵੇਂ ਤੁਸੀਂ ਮੁੱਖ ਮੰਤਰੀ ਹੋ, ਜੰਮੇ ਹੁੰਦੇ ਹੋ, ਤੁਹਾਨੂੰ ਮੈਂ ਜਾਣਦਾ ਤੁਸੀਂ ਕਿੱਡੇ ਕੁ ਯੋਗੇ ਹੋ, ਕਿੱਡੀ ਕੁ ਤੁਹਾਡੀ ਔਕਾਤ ਆ ਮੈਨੂੰ ਪਤਾ ਹੈ, ਉਹ ਗੱਲਾਂ ਨੂੰ ਟਵਿਸਟ ਦੇਣਾ ਆਉਂਦਾ ਤੁਹਾਨੂੰ। ਕਈ ਮੁੱਖ ਮੰਤਰੀ ਬਣ ਕੇ ਅਸੀਂ ਆਮ ਕਰਦੇ ਹਾਂ ਜੀ, ਸਤੌਜ ਦਾ ਮੁੰਡਾ ਜੀ, ਮਾਸਟਰ ਦਾ ਮੁੰਡਾ ਜੀ, ਇਸ ਵੇਲੇ ਤੁਸੀਂ ਮੁੱਖ ਮੰਤਰੀ ਹੋ, ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ, ਅਤੇ ਕੋਈ ਇਹ ਕੋਈ ਨਵੀਂ ਗੱਲ ਨਹੀਂ, ਮੁੱਖ ਮੰਤਰੀ ਬੜੇ ਬਣੇ, ਕੋਈ ਕੈਪਟਨ ਅਮਰਿੰਦਰ ਸਿੰਘ ਵਰਗਾ ਤਾਂ ਕੋਈ ਇੱਕੋ ਹੀ ਸੀ, ਬਾਕੀ ਸਭ ਥੱਲਿਓਂ ਹੀ ਵੜ ਕੇ ਗਏ ਨੇ, ਪਰ ਤੁਸੀਂ ਹੋ, ਤੁਸੀਂ ਭੰਡ ਹੋ, ਤੁਹਾਨੂੰ ਜਚਾਉਣਾ ਆਉਂਦਾ, ਤੁਸੀਂ ਬੋਲ ਕੇ ਲੋਕ ਤਾੜੀਆਂ ਮਾਰਨੋਂ ਵੀ ਹਟ ਗਏ, ਉਹੀ ਬਾਸੀਆਂ ਗੱਲਾਂ ਹੈ ਤੁਹਾਡੇ ਕੋਲ, ਤੁਸੀਂ ਤਾਂ ਉਹ ਆ ਮੈਂ ਹੁਣ ਨਿੰਘ ਰਿਹਾ ਹੈਬੋਵਾਲ ਤੋਂ, ਹਰ ਹੈਬੋਵਾਲ ਦਾ ਇੱਕ ਇੱਕ ਮੇਰੀ ਮਾਂ, ਇੱਕ ਇੱਕ ਭੈਣ ਪੁੱਛਦੀ ਆ, ਲਿਆਓ 1000 ਰੁਪਈਆ ਕਿੱਥੇ ਆ,
ਸ਼ਿਮਲਾਪੁਰੀ ਜਾਂਦੇ ਹਾਂ, ਸ਼ਿਮਲੇਪੁਰ ਦੀਆਂ ਭੈਣਾਂ ਮਾਵਾਂ ਪੁੱਛਦੀਆਂ ਲਿਆ ਭਗਵੰਤ ਮਾਨ ਕਿੱਥੇ ਆ 1000 ਰੁਪਈਆ ਜਿਹੜਾ ਵਾਅਦਾ ਕੀਤਾ ਸੀ। ਕਿਸੇ ਪਿੰਡ 'ਚ ਜਾਂਦੇ ਹੋ ਤਾਂ ਪੁੱਛਦੀਆਂ ਵੀ ਲਿਆ ਉਹ 1000 ਰੁਪਈਆ ਕਿੱਥੇ ਆ। ਤੁਸੀਂ ਤਾਂ ਝੂਠ ਬੋਲ ਕੇ ਇਹ ਕੰਮ ਕੀਤੇ ਆ, ਅਤੇ ਇਸ ਕਰਕੇ ਤੁਸੀਂ ਬੀਜੇਪੀ ਦੇ ਮੁਕਾਬਲਾ ਤੁਸੀਂ ਕੱਖ ਨਹੀਂ ਕਰ ਸਕਦੇ। ਮੋਦੀ ਸਾਹਿਬ ਦੀ ਬਹੁਤ ਕਲੀਅਰ ਵਿਜ਼ਨ, ਬੜੀ ਵੱਡੀ ਸੋਚ ਆ ਸਿਰਫ ਅਤੇ ਸਿਰਫ ਡਿਵੈਲਪਮੈਂਟ ਦੀ। ਅਸੀਂ ਤੁਹਾਡੇ 'ਚ ਉਲਝਣਾ ਵੀ ਨਹੀਂ ਚਾਹੁੰਦੇ, ਕਿਉਂਕਿ ਤੁਸੀਂ ਤਾਂ ਸਿਰਫ ਇਹ ਗੰਦੀ ਰਾਜਨੀਤੀ, ਰੋਪਬਾਜ਼ੀ ਦੀ ਰਾਜਨੀਤੀ ਕਰਨੀ ਆ। ਅਸੀਂ ਸਿਰਫ ਅਤੇ ਸਿਰਫ ਇੱਕੋ ਇੱਕ ਏਜੰਡਾ, ਤੁਸੀਂ ਜਾ ਕੇ ਰੋਜ਼ ਪੈਂਦੇ ਹੋ ਨਾ ਉੱਥੇ ਲੰਬੇ ਅਮਿਤ ਸ਼ਾਹ ਜੀ ਦੇ, ਮੈਨੂੰ ਪਤਾ ਹੈ ਕਿ ਜਿੰਨੇ ਕਿਸਾਨ ਨੇ, ਇਹ ਕਿਸਾਨਾਂ ਦਾ ਜਿੰਨਾ ਤੁਸੀਂ ਕੰਮ ਖਰਾਬ ਕੀਤਾ ਹੋਇਆ, ਤੁਸੀਂ ਕੀਤਾ ਹੋਇਆ। ਅਤੇ ਇਸ ਕਰਕੇ ਅਸੀਂ ਸਿਰਫ ਲੁਧਿਆਣੇ ਦੇ ਵੋਟਰਾਂ ਤੋਂ, ਲੁਧਿਆਣੇ ਦੇ ਲੋਕਾਂ ਤੋਂ, ਜਿਹੜਾ ਮੇਰਾ ਪਰਿਵਾਰ ਆ, ਮੈਂ ਉਹਨਾਂ ਦਾ ਪਰਿਵਾਰ ਹਾਂ, ਸਿਰਫ ਇੱਕੋ ਗੱਲ 'ਤੇ ਵੋਟ ਮੰਗਦੇ ਹਾਂ ਵੀ ਅਸੀਂ ਲੁਧਿਆਣੇ 'ਚ ਮੋਦੀ ਸਾਹਿਬ ਤੋਂ, ਜਾਂ ਤਾਂ ਤੁਸੀਂ ਕਹਿ ਦਿਓ ਤੁਸੀਂ ਲਿਆ ਸਕਦੇ ਹੋ। ਕੱਲ ਕੀ ਹੋਇਆ, ਕੱਲ ਕੀ ਕੀਤਾ ਤੁਸੀਂ? ਇੱਕ ਇੱਕ MP ਰਾਜ ਸਭਾ ਦੀ, ਉਹਦੇ ਨਾਲ ਕੇਜਰੀਵਾਲ ਸਾਹਿਬ ਦੇ PA ਨੇ ਜਾਂ ਉਹਨਾਂ ਦੇ OSD ਨੇ, ਉਹ ਕੁੱਟਮਾਰ ਕੀਤੀ, ਅਤੇ ਸੰਜੇ ਸਿੰਘ ਨੇ ਆਪ ਇਹ ਗੱਲ ਕਬੂਲੀ ਵੀ ਹਾਂ ਇਹ ਹੋਈ ਹੈ, ਮਾਲੇਵਾਲ ਜਿਹੜੀ MP ਨੇ। ਤੁਸੀਂ ਤਾਂ ਆਪ ਦੇ ਸਕੇ ਨਹੀਂ ਗਏ, ਤੁਸੀਂ ਤਾਂ ਆਪਣੇ ਪਰਿਵਾਰ ਘਰ ਵਾਲੀ ਬੇਟੀ ਦੇ ਬੇਟੇ ਦੇ ਸਕੇ ਨਹੀਂ, ਤੁਸੀਂ ਕਿਹਦੇ ਸਕੇ ਹੋਣਾ? ਇਹ ਲੋਕ ਆਸ ਰੱਖ ਲੈਣਗੇ ਤਾਂ ਤੁਸੀਂ ਉਹਨਾਂ ਦੇ ਸਕੇ ਹੋ ਜਾਓਗੇ? ਸਵਾਲ ਹੀ ਨਹੀਂ ਪੈਦਾ। ਅਤੇ ਇਸ ਕਰਕੇ ਲੋਕ ਇੱਥੇ ਤਾਂ ਚਾਹੁੰਦੇ ਆ ਮੈਟਰੋ, ਕਿ ਅੱਜ ਸਾਰਾ ਸ਼ਹਿਰ ਬਣ ਗਿਆ ਕੋਈ ਜਗਰਾਉਂ ਤੱਕ, ਇੱਧਰ ਫਗਵਾੜੇ ਤੱਕ, ਇੱਧਰ ਖੰਨੇ ਰਾਜਪੁਰੇ ਤੱਕ ਅਸੀਂ ਮੈਟਰੋ ਨਾਲ ਜੋੜਨਾ ਚਾਹੁੰਦੇ ਹਾਂ, ਅਸੀਂ ਉਰੇ ਇਲੈਕਟ੍ਰਿਕ ਬੱਸਾਂ ਲਿਆਉਣਾ ਚਾਹੁੰਦੇ ਹਾਂ। ਸੈਂਟਰ ਤੋਂ ਏਅਰਪੋਰਟ ਬਣਿਆ ਪਿਆ ਹਲਵਾਰਾ, ਅਸੀਂ ਉੱਥੇ 4 ਤਰੀਕ ਤੋਂ ਬਾਅਦ ਹਰ ਸ਼ਹਿਰ ਨੂੰ ਫਲਾਈਟਾਂ ਨਾਲ ਜੋੜਨਾ ਚਾਹੁੰਦੇ ਹਾਂ। ਸਭ ਤੋਂ ਵੱਡੀ ਗੱਲ ਲੋਕ ਲੋੜ ਉਹ ਆ, ਉਹ ਅਸੀਂ ਮੋਦੀ ਸਾਹਿਬ ਤੋਂ ਲਿਆ ਸਕਦੇ, ਥੋਤੋਂ ਕੀ ਲੈਣਾ ਲੁਧਿਆਣੇ ਵਾਲਿਆਂ ਨੇ? ਅਸੀਂ ਇੱਥੇ ਇੱਕ ਇੱਕ ਇੰਡਸਟਰੀਅਲ ਟਾਊਨ ਬਣਾਉਣਾ ਚਾਹੁੰਦੇ ਹਾਂ, ਨਹੀਂ ਇੰਡਸਟਰੀ ਕਿਤੇ ਆ, ਲੇਬਰ ਕਿਤੇ ਆ, ESI ਹੋਸਪਿਟਲ ਕਿਤੇ ਆ, ਟ੍ਰੇਨਾਂ ਕਿਤੇ ਨੇ? ਅਸੀਂ ਹਰ ਚੀਜ਼ ਇੰਡਸਟਰੀ ਟਾਊਨ 'ਚ ਇੱਕ ਜੋੜਾਂਗੇ, ਉੱਥੇ ਇੰਡਸਟਰੀ, ਉੱਥੇ ਹੀ ਲੇਬਰ, ਉੱਥੇ ਹੀ ਹੋਸਪਿਟਲ, ਉੱਥੇ ਹੀ ਟ੍ਰੇਨ ਅੰਦਰ ਜਾਵੇ, ਉੱਥੇ ਹੀ ਮੈਟਰੋ ਅੰਦਰ ਜਾਵੇ, ਅਤੇ ਸਾਰਾ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ। ਅਸੀਂ ਐਗਜੀਬਿਸ਼ਨ ਸੈਂਟਰ ਉਰੇ ਬੜੇ ਤੋਂ ਬੜਾ ਲੈ ਕੇ ਆਵਾਂਗੇ, ਕਿਉਂਕਿ ਦੁਨੀਆ ਉਰੇ ਦੇਖਣ ਆਉਂਦੀ ਆ। ਐਗਜੀਬਿਸ਼ਨ ਸੈਂਟਰ ਬਣੂਗਾ, ਅਤੇ ਅਸੀਂ MSME ਨੂੰ ਇਕੱਲੀ ਇਕੱਲੀ ਉਹਨੂੰ ਵੱਡੀ ਤੋਂ ਵੱਡੀ ਜਿਹੜੀ ਮਸ਼ੀਨ 10-10 ਕਰੋੜ ਦੀ, ਉਹ ਨਹੀਂ ਲੈ ਸਕਦੇ, ਉਹ ਸਰਕਾਰ ਵੱਲੋਂ ਲਿਆ ਕੇ ਰੱਖਾਂਗੇ ਉਰੇ, ਜਿਹੜੀ ਵੀ ਚੀਜ਼ ਉਹ ਚਾਹੁੰਦੇ ਹੋ ਉਸ ਮਸ਼ੀਨ ਤੋਂ ਉਹ ਆਪਣਾ ਕੰਮ ਕਰ ਸਕਣ। ਇਹ ਸਾਡੀ ਸੋਚ ਆ ਤੁਹਾਡੀ। ਇੱਥੇ ਅਸੀਂ ਇੱਕ ਬਹੁਤ ਵੱਡਾ, ਚਾਹੇ ਕ੍ਰਿਕਟ ਸਟੇਡੀਅਮ ਹੋਵੇ, ਚਾਹੇ ਵੱਡਾ ਮਲਟੀ ਪਰਪਸ ਸਟੇਡੀਅਮ ਹੋਵੇ, ਉਰੇ IPL ਮੈਚ ਚੱਲਣ, ਨਹੀਂ ਲੁਧਿਆਣੇ ਵਾਲੇ ਜਾ ਕੇ ਸਾਰਾ ਦੇਖਦੇ ਤਾਂ ਮੋਹਾਲੀ ਹਮੀਰਪੁਰ ਉਹੀ ਨੇ, ਅਤੇ ਜਦੋਂ ਉਹ ਚੱਲੇਗਾ, ਐਡੀ ਵੱਡੀ ਇੰਡਸਟਰੀ, ਹੋਟਲ ਇੰਡਸਟਰੀ, ਫੂਡ ਇੰਡਸਟਰੀ, ਉਹਦੇ ਨਾਲ ਐਡੀ ਵੱਡਾ ਬੂਮ ਆਏਗਾ ਉਰੇ, ਇਕੱਲੇ ਇੱਕ ਕ੍ਰਿਕਟ ਸਟੇਡੀਅਮ ਅਤੇ ਦੂਜੇ ਸਟੇਡੀਅਮ। ਅਸੀਂ ਚਾਹੁੰਦੇ ਹਾਂ ਉਰੇ AIIMS ਹੋਸਪਿਟਲ ਆਵੇ, ਉੱਥੇ ਇਲਾਜ ਤਾਂ ਹੋਣਗੇ ਹੀ ਹੋਣਗੇ, ਲੇਕਿਨ 5-7 ਹਜ਼ਾਰ ਨਵੀਆਂ ਨੌਕਰੀਆਂ ਮਿਲਣਗੀਆਂ, ਜੋਬਸ ਮਿਲਣਗੀਆਂ। ਉਹ ਸਾਡਾ ਸੋਚ ਆ ਵਿਜ਼ਨ। ਤੁਸੀਂ ਥੋੜ੍ਹੇ ਜਿਹਾ ਚੁਟਕਲੇ ਗੱਪਾਂ ਲੜ ਲਏ, ਭਿੜ ਲਏ, ਕਾਂਗਰਸ ਵਾਲਿਆਂ ਨੇ ਇੱਕ ਦੂਜੇ ਦੀਆਂ ਪੱਗਾਂ ਲਾ, ਹੁਣ ਜੋ ਹੋ ਰਿਹਾ, ਇੱਕ ਵੀ ਕਾਂਗਰਸੀ ਆ ਜਿਹੜਾ ਉਹ ਇਸ ਵੇਲੇ ਕਾਂਗਰਸ ਦੇ ਕੈਂਡੀਡੇਟ ਨਾਲ ਨਹੀਂ, ਕਿਉਂਕਿ ਬਾਹਰੋਂ ਆਏ ਆ, ਕਿਸੇ ਨਾਲ ਕੋਈ, ਕਿਸੇ ਨਾਲ ਰਿਸ਼ਤਾ ਹੀ ਨਹੀਂ ਕੋਈ। ਰੋਜ਼ ਸਵੇਰੇ ਸ਼ਾਮ
ਚਾਰ ਪੰਜ ਘੰਟੇ ਆ ਜਿਹੜੇ ਉਹਨਾਂ ਦੇ ਉਹ ਮਿੰਨਤਾਂ 'ਤੇ ਰਹਿੰਦੇ ਆ, ਮਿੰਨਤਾਂ 'ਤੇ, ਤਰਲਿਆਂ 'ਤੇ, ਕਿਉਂਕਿ ਸਭ ਨਾਲ ਵਿਸ਼ਵਾਸਘਾਤ ਕੀਤਾ ਹੈ। ਸਭ ਨੂੰ ਕਹਿਤਾ ਵੀ ਤੁਸੀਂ, ਤੁਹਾਨੂੰ ਦਵਾਊਂਗਾ ਟਿਕ, ਤੁਹਾਨੂੰ ਦਵਾਊਂਗਾ, ਤੁਹਾਨੂੰ ਦਵਾਊਂਗਾ, ਲੈ ਕੇ ਆਪ ਆ ਗਏ। ਇਸ ਕਰਕੇ ਇਹ ਗੱਲਾਂ ਬਹੁਤ, ਕਿਸੇ ਨੂੰ ਮਾੜਾ ਕਹਿਣਾ, ਚੰਗਾ ਕਹਿਣਾ, ਇਹ ਕੋਈ ਬਾਹਲਾ ਚੰਗਾ ਨਹੀਂ ਮੰਨਿਆ ਜਾਂਦਾ। ਅਸੀਂ ਚਾਹੁੰਦੇ ਉਰੇ ਗਟਕਰੀ ਸਾਹਿਬ ਆਉਣ, ਇੱਕੋ ਦਿਨ 10,000 ਕਰੋੜ ਦਾ ਉਦਘਾਟਨ ਕਰਨ, ਕਿਵੇਂ ਬਾਈਪਾਸ ਬਣ ਰਹੇ ਆ, ਕਿਵੇਂ ਆਊਟਰ ਰਿੰਗ ਰੋਡ ਬਣ ਰਹੀਆਂ ਹੈ, ਕਿਸ ਤਰੀਕੇ ਨਾਲ ਐਲੀਵੇਟਰ ਰੋਡ ਬਣੀ ਆ, ਉਹੋ ਜਿਹੀਆਂ ਅਸੀਂ 10 ਬਣਾਵਾਂਗੇ। ਤੁਸੀਂ ਦੱਸੋ, ਕੋਈ ਰਾਹੁਲ ਜੀ ਨੂੰ ਵੋਟ ਪਾਉਣਾ ਚਾਹੁੰਦਾ? ਮੰਗੋ ਤਾਂ ਰਾਹੁਲ ਗਾਂਧੀ ਨੂੰ। ਇਸੇ ਕਰਕੇ ਤੁਸੀਂ ਕਿਸੇ ਵੀ ਆਪਣੇ ਪੋਸਟਰ 'ਤੇ, ਕਿਸੇ ਵੀ ਆਪਣੀ ਫਲੈਕਸ 'ਤੇ ਉਹ ਗਰੀਬ ਰਾਹੁਲ ਗਾਂਧੀ ਦੀ ਕਿਤੇ ਫੋਟੋ ਨਹੀਂ ਲਾਈ। ਖੜਗੇ ਸਾਹਿਬ ਦੇ ਨਾਂ 'ਤੇ ਕੌਣ ਵੋਟ ਪਾਊਗਾ? ਖੜਗੇ ਸਾਹਿਬ ਦੀ ਫੋਟੋ ਵੀ ਨਹੀਂ ਲਾਈ। ਇੱਕ ਪਾਸੇ ਅਸੀਂ ਹਾਂ, ਵੋਟ ਮੰਗ ਰਹੇ ਹਾਂ ਮੋਦੀ ਸਾਹਿਬ ਦੇ ਨਾਂ 'ਤੇ। ਦੇਖੋ ਕਿੱਡੀਆਂ ਕਿੱਡੀਆਂ ਤਸਵੀਰਾਂ ਲੱਗੀਆਂ ਮੋਦੀ ਸਾਹਿਬ ਦੀਆਂ, ਲਾਓ ਤਾਂ ਰਾਹੁਲ ਗਾਂਧੀ ਦੀਆਂ। ਤੁਹਾਡਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਆ ਕਾਂਗਰਸ ਪਾਰਟੀ ਦਾ, ਲਾਓ ਤਾਂ, ਮੰਗੋ ਤਾਂ ਵੋਟ ਰਾਹੁਲ ਗਾਂਧੀ ਦੇ ਨਾਂ 'ਤੇ ਵੀ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ। ਕਿਉਂਕਿ ਇਹ ਇਲੈਕਸ਼ਨ ਨੇ ਡਿਸਾਈਡ ਤਾਂ ਪ੍ਰਾਈਮ ਮਿਨਿਸਟਰ ਨੂੰ ਕਰਨਾ, ਇਹਦੇ ਨਾਲ ਕੋਈ ਕੌਂਸਲਰ ਜਾਂ ਕੋਈ ਚੀਫ ਮਿਨਿਸਟਰ ਨਹੀਂ ਬਣਨਾ, ਇਹਦੇ ਨਾਲ ਇਹ ਵੋਟਾਂ 'ਚ ਪ੍ਰਾਈਮ ਮਿਨਿਸਟਰ ਬਣਨੇ ਆ। ਅਤੇ ਤੁਸੀਂ ਮੰਗੋ ਵੋਟ ਵੀ ਸਾਡੇ ਪ੍ਰਾਈਮ ਮਿਨਿਸਟਰ ਰਾਹੁਲ ਗਾਂਧੀ ਆ, ਜਾਂ ਤੁਸੀਂ ਮੰਗੋ ਵੋਟ ਵੀ ਸਾਡੇ 15 ਸੀਟਾਂ 'ਤੇ ਖੜ੍ਹੇ ਆ ਸਾਡੇ ਪ੍ਰਾਈਮ ਮਿਨਿਸਟਰ ਨੇ ਜਿਹੜੇ, ਉਹ ਕੇਜਰੀਵਾਲ ਸਾਹਿਬ ਨੇ, ਜਿਨ੍ਹਾਂ ਨੂੰ 2 ਤਰੀਕ 'ਚ ਦੁਬਾਰਾ ਜੇਲ੍ਹ 'ਚ ਚਲੇ ਜਾਣਾ। ਜਿੰਨੇ ਪਰਿਵਾਰ ਨੇ, ਚਾਹੇ ਉਹ ਗਾਂਧੀ ਫੈਮਿਲੀ ਇਕੱਲੇ ਇਕੱਲੇ ਬੇਲ 'ਤੇ ਆ, ਜਿੰਨੇ ਸਾਡੇ ਕੇਜਰੀਵਾਲ ਐਂਡ ਕੰਪਨੀਆਂ ਬੇਲ 'ਤੇ ਨੇ, ਅਤੇ ਕੋਈ ਉਂਗਲੀ ਚੱਕੇ ਤਾਂ ਅਸੀਂ ਹਿੱਕ ਠੋਕ ਕੇ ਵੋਟ ਮੰਗਦੇ ਹਾਂ ਆਪਣੇ ਲੀਡਰ ਖਾਤਰ ਨਰਿੰਦਰ ਮੋਦੀ ਜੀ ਦਾ, ਜਿਨ੍ਹਾਂ ਦੀ ਸੋਚ ਆ, ਵਿਜ਼ਨ ਆ, ਜਿਨ੍ਹਾਂ ਨੇ ਕਰਕੇ ਦਿਖਾਇਆ। ਅੱਜ ਦੇਖੋ ਕਿੱਥੇ ਕਿੱਥੇ ਹਰਿਆਣੇ ਵਰਗੀ, ਅੱਜ ਯੂਪੀ ਦੇ ਲੋਕ ਅਸੀਂ ਮਿਲਦੇ ਹਾਂ, ਉਹ ਕਹਿੰਦੇ ਜੀ ਸਾਨੂੰ ਅੱਜ ਯੂਪੀ, ਅਸੀਂ ਦੁਬਾਰਾ ਯੂਪੀ ਜਾਣਾ ਚਾਹੁੰਦੇ ਹਾਂ। ਅਤੇ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਅੱਜ ਤੁਸੀਂ ਪੰਜਾਬ ਫਸਾਇਆ ਹੋਇਆ। ਇਸ ਕਰਕੇ ਇਹ ਕੁਛ ਗੱਲਾਂ ਨੇ ਜਿਹੜੀਆਂ ਮੈਂ ਇਹ ਕਹਿਣਾ ਚਾਹੁੰਦਾ ਸੀ। ਹੁਣੀ ਮੈਨੂੰ ਯਾਦ ਆ ਗਿਆ, ਜਦੋਂ ਕਾਂਗਰਸ ਦੇ ਮੈਨੂੰ ਵਰਕਰ ਮਿਲੇ, ਕਹਿੰਦੇ ਜੀ ਸਾਡੇ ਨਾਲ ਤਾਂ ਉਹ ਹੋ ਰਹੀ ਆ। ਮੈਂ ਕਿਹਾ ਭਾਈ, ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਸਾਰੇ ਇਹ ਕਾਂਗਰਸ, ਉਹ ਕਾਂਗਰਸ ਰਹੀ ਹੋ ਨਹੀਂ ਜਿਹੜੀ ਅਸੀਂ ਕਾਂਗਰਸ ਸੀਗੇ, ਜਿਹੜੀ ਕਾਂਗਰਸ ਸਰਦਾਰ ਬੇਅੰਤ ਸਿੰਘ ਜੀ ਨੇ ਬਣਾਈ ਸੀ। ਇਹ ਤਾਂ ਬਹਿਰੂਪੀ ਆ, ਸਿਰਫ ਸੱਤਾ, ਚੀਫ ਮਿਨਿਸਟਰੀ ਉਹਦੇ 'ਚ ਇਹ ਫਿਰ ਰਹੇ, ਹੋਰ ਇਹਨਾਂ ਨੂੰ ਕੀ ਆ। ਇਸ ਕਰਕੇ ਹੋਰ ਗੱਲਾਂ ਹੈ ਜਿਹੜੀਆਂ ਬੜੀਆਂ, ਉਹ ਵੀ ਮੈਂ ਤੁਹਾਡੇ ਅੱਗੇ ਰੱਖੂੰਗਾ। ਅਗਲਾ ਪ੍ਰੋਗਰਾਮ ਆ ਜਿਹੜਾ ਉਹ ਆ ਗਿਆ, ਅਸੀਂ ਪਹੁੰਚ ਗਏ ਹਾਂ, ਅਸੀਂ ਦੁਬਾਰਾ ਮੈਂ ਤੁਹਾਡੇ ਨਾਲ ਲਾਇਵ ਹੋਊਂਗਾ। ਪਰ ਇਹ ਮੈਂ ਦੁੱਖ ਆ ਜਿਹੜਾ ਕਾਂਗਰਸੀਆਂ ਦਾ ਦੁੱਖ ਆ ਜਿਹੜਾ, ਉਹ ਮੈਂ ਅੱਜ ਲਾਈਵ ਹੋ ਕੇ ਇਹ ਰੱਖਣਾ ਚਾਹੁੰਦਾ ਸੀ। ਸਾਰੇ ਇਹ ਫੈਸਲਾ ਕਰ ਲਓ, ਜਿਹੜੇ ਤੁਹਾਡੇ ਲੁਧਿਆਣੇ ਦੇ ਨਹੀਂ, ਲੁਧਿਆਣੇ ਦੇ ਲੀਡਰਾਂ ਦੇ ਨਹੀਂ ਗੇ, ਇਹਨਾਂ ਨੂੰ, ਕਿਉਂਕਿ ਪਿੱਛੋਂ ਕੀ ਕਿਹਾ ਜਾਂਦਾ ਵੀ ਇਹਨਾਂ ਦੀ ਫੋਟੋ ਨਹੀਂ ਲਾਉਣੀ। ਮੈਨੂੰ ਯਾਦ ਆ ਇੱਕ ਲੀਡਰ ਨੇ ਸਾਡੇ ਵੈਦ ਸਾਹਿਬ, ਮੈਂ ਕਿਹਾ ਜੀ ਵੈਦ ਸਾਹਿਬ ਨੂੰ ਉਰੇ ਜਿਹੜਾ ਟਿਕਟ ਫਰੀਦਕੋਟ ਦੀ ਦੇ ਰਹੇ ਹੋ, ਉਰੇ ਜਿਹੜਾ ਇਹ ਉਹ ਬੜਾ ਉਹ ਹਲਕਾ ਖਾਲੀ ਹੋ ਜੂ, ਅਤੇ ਉਰੇ ਇਹ ਇਹਨਾਂ ਦੇ ਮਨ 'ਚ ਆ ਵੀ ਜੇ ਅਸੀਂ ਡਾਵਰ ਸਾਹਿਬ ਨੂੰ, ਅਸੀਂ ਪਾਂਡੇ ਸਾਹਿਬ ਨੂੰ, ਵੈਦ ਸਾਹਿਬ ਨੂੰ, ਸੰਜੇ ਜੀ ਨੂੰ ਜਾਂ ਹੋਰਾਂ ਨੂੰ ਜੇ ਕਿਤੇ ਨਾਲ ਲੈ ਕੇ ਜਾਵਾਂਗੇ, ਉਹ ਕਹਿੰਦੇ ਜੀ ਇਹਨਾਂ ਦੇ ਤਾਂ ਜਿਹੜੀਆਂ 4 ਵੋਟਾਂ ਪੈਣੀਆਂ, ਇਹਨਾਂ ਨੇ ਕਿਹਾ ਕਿਸੇ ਨੂੰ ਵੀ ਜੇ 4 ਵੋਟਾਂ ਕਾਂਗਰਸ ਨੂੰ ਪੈਣੀਆਂ, ਜੇ ਅਸੀਂ ਇਹਨਾਂ ਨੂੰ ਹਲਕਿਆਂ 'ਚ ਲੈ ਗਏ, ਉਹ 4 ਵੋਟਾਂ ਵੀ ਜਿਹੜੀਆਂ ਹੈ ਉਹ ਮੈਨੂੰ ਨਹੀਂ ਪੈਣੀਆਂ। ਇਹ ਸੋਚਦੇ ਵੀ ਸਾਰੀਆਂ ਵੋਟਾਂ ਜਿਹੜੀਆਂ ਮੈਂ ਆਪਣੇ ਆਪ ਜੇਬ 'ਚ ਲੈ ਕੇ ਆਇਆ ਗਿੱਦੜਬਾਜ਼ ਤੋਂ, ਇਹ ਨਹੀਂ ਹੋਣਾ ਚਾਹੀਦਾ।
ਜਿਹੜਾ ਪਾਰਟੀ ਦਾ ਇੰਨੇ ਇੰਨੇ ਸਾਲਾਂ ਦਾ ਵਰਕਰ ਮਿਹਨਤ ਕਰਦਾ, ਅਜੇ ਕਿ ਮੇਰਾ ਕੋਈ ਇੰਟਰਸਟ ਨਹੀਂ ਮੈਨੂੰ ਇਹਦੇ ਲਈ, ਕਿਉਂਕਿ ਮੈਂ ਪਹਿਲਾਂ ਪਾਰਟੀ 'ਚ ਜਿਹੜਾ ਰਿਹਾ ਤਾਂ ਉਹ ਮੈਨੂੰ ਸਾਰੀਆਂ ਗੱਲਾਂ ਮੇਰੇ ਨਾਲ ਦੁੱਖ ਦਰਦ ਕਰਦੇ ਆ, ਅਤੇ ਮੈਨੂੰ ਕਿਹਾ ਵੀ ਜ਼ਰੂਰ ਤੁਸੀਂ ਸਾਰੀ ਕਾਂਗਰਸ ਪਾਰਟੀ ਨੂੰ ਦੱਸੋ ਵੀ ਉਹ ਆਪਣਾ ਫੈਸਲਾ ਲੈਣ। ਅਤੇ ਇੰਨੇ ਸ਼ਬਦਾਂ ਨਾਲ ਹੀ ਮੈਂ ਦੁਬਾਰਾ ਤੁਹਾਡੇ ਨਾਲ ਰੂਬਰੂ ਹੋਊਂਗਾ, ਕਿਤੇ ਨਾ ਕਿਤੇ ਜ਼ਰੂਰ ਮੈਂ ਆਸ ਰੱਖਦਾ ਹੁਣ ਲੁਧਿਆਣੇ ਦੀ ਲੀਡਰਸ਼ਿਪ ਦੀਆਂ ਤੁਸੀਂ ਤਸਵੀਰਾਂ ਹੈ ਜਿਹੜੀਆਂ ਉਹ ਫਲੈਕਸਾਂ 'ਚ, ਅਤੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਆਪਣੇ ਲੋਕਲ ਲੀਡਰਸ਼ਿਪ ਦੀਆਂ ਜਿਹੜੀਆਂ ਫੋਟੋਆਂ ਕਿਸੇ ਨਾ ਕਿਸੇ ਪੋਸਟਰ 'ਚ ਲਾਊਗੀ।